ਬਿਮਾਰੀ ਹੈ, ਇਹਦਾ ਕੋਈ ਡਾਕਟਰੀ ਇਲਾਜ ਨਹੀਂ ਹੈ। ਅਤੇ ਮੈਨੂੰ ਯਕੀਨ ਹੈ, 100% ਮੈਂ ਗਰੰਟੀ ਦਿੰਦਾ ਕਿ ਥੋੜ੍ਹੇ ਦਿਨਾਂ ਦੀ ਗੱਲ ਹੈ, ਆਪਾਂ ਇਸ ਬਿਮਾਰੀ ਤੋਂ ਜਿੱਤ ਪ੍ਰਾਪਤ ਕਰਾਂਗੇ। ਕੋਰੋਨਾ ਦੇ ਖਾਤਮੇ ਨੂੰ ਲੈ ਕੇ ਸਰਕਾਰ ਕਾਫੀ ਉਪਰਾਲੇ ਕਰ ਰਹੀ ਹੈ ਅਤੇ ਹੁਣ ਇਸ ਵਿਸ਼ੇ 'ਤੇ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨਾਲ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੇ ਜਣੇ ਆਪਣੇ ਘਰ ਰਹਿਣ ਅਤੇ ਸਾਵਧਾਨੀ ਵਰਤਣ ਤਾਂ ਕਿ ਕੋਰੋਨਾ ਵਰਗੀ ਨਾ ਇਲਾਜ ਬਿਮਾਰੀ ਨੂੰ ਠੀਕ ਕੀਤਾ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੇ ਪੰਜਾਬੀਆਂ ਨੂੰ, ਦੇਸ਼ ਵਾਸੀਆਂ ਨੂੰ ਹੱਥ ਜੋੜ ਕੇ ਅਪੀਲ ਕਰਦਾ, ਇੱਕ ਬੜੀ ਭਿਆਨਕ ਬਿਮਾਰੀ ਦਾ ਆਪਾਂ ਸਾਹਮਣਾ ਕਰ ਰਹੇ ਹਾਂ। ਆਹ ਜਿਹੜੀ ਬਿਮਾਰੀ ਹੈ, ਇਹਦਾ ਕੋਈ ਡਾਕਟਰੀ ਇਲਾਜ ਨਹੀਂ ਹੈ, ਇਹਦਾ ਇਲਾਜ ਆਪਣੇ ਕੋਲ। ਜਿਵੇਂ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਪੰਜਾਬ ਦੇ ਮੁੱਖ ਮੰਤਰੀ ਨੇ, ਸਾਰੇ ਡਾਕਟਰਾਂ ਨੇ ਅਪੀਲ ਕੀਤੀ ਹੈ ਕਿ ਇਹਦਾ ਇਲਾਜ ਇੱਕੋ ਇੱਕ ਹੈ ਕਿ ਆਪਾਂ ਘਰ ਰਹੀਏ, ਇੱਕ ਦੂਜੇ ਨੂੰ ਆਪਣਾ ਜਿਹੜਾ ਮਿਲਣਾ ਬੰਦ ਕਰੀਏ। ਜੇ ਆਪਾਂ ਆਹ ਜਿਹੜੀ ਅਪੀਲ ਪ੍ਰਧਾਨ ਮੰਤਰੀ ਦੀ, ਮੁੱਖ ਮੰਤਰੀ ਦੀ, ਜੇ ਡਾਕਟਰਾਂ ਦੀ ਇੱਕ ਮਹੀਨਾ ਮੰਨ ਲਓ, ਇੱਕ ਮਹੀਨਾ ਆਪਾਂ ਆਪਣੇ ਆਪ ਨੂੰ ਘਰ ਰੱਖ ਲਈਏ, ਮੈਂ ਕਹਿੰਦਾ ਆਪਾਂ 100% ਆ ਬਿਮਾਰੀ ਨੂੰ ਜਿੱਤ ਲਾਂਗੇ। ਆਹ ਜਿਹੜੀ ਬਿਮਾਰੀ ਹੈ, ਆਹ ਖਾਸ ਕਰਕੇ ਬਜ਼ੁਰਗ ਅਤੇ ਬੱਚਿਆਂ ਨੂੰ ਇਸ ਬਿਮਾਰੀ ਦਾ ਅਸਰ ਜ਼ਿਆਦਾ ਹੁੰਦਾ ਅਤੇ ਜਿਹੜੇ ਆਪਣੇ ਪਰਿਵਾਰਾਂ ਵਿੱਚ ਆਪਣੇ ਬਜ਼ੁਰਗ ਹੈ ਅਤੇ ਜੇ ਬੱਚੇ ਹੈ, ਉਹਨਾਂ ਨੂੰ ਖਾਸ ਕਰਕੇ ਪਰਿਵਾਰਾਂ ਨੂੰ ਅਪੀਲ ਹੈ ਕਿ ਆਪਣੇ ਬਜ਼ੁਰਗਾਂ ਨੂੰ ਬਿਲਕੁਲ ਅਤੇ ਬੱਚਿਆਂ ਨੂੰ ਬਾਹਰ ਨਹੀਂ ਲੈ ਕੇ ਆਉਣਾ। ਪਿਛਲੇ 3-4 ਦਿਨਾਂ 'ਚ ਮੈਂ TV 'ਚ ਵੀ ਦੇਖਿਆ ਅਤੇ ਆਮ ਰਿਪੋਰਟਾਂ ਵੀ ਆਈਆਂ ਕਿ ਪੰਜਾਬ ਦੀ ਜਨਤਾ, ਦੇਸ਼ ਵਾਸੀ ਇਸ ਬਿਮਾਰੀ ਨੂੰ ਜ਼ਿਆਦਾ ਸੀਰੀਅਸ ਨਹੀਂ ਲੈ ਰਹੇ, ਬਾਹਰ ਘੁੰਮ ਰਹੇ ਫਿਰ ਰਹੇ ਹੈ, ਇਹ ਸੋਚਦੇ ਕਿ ਛੁੱਟੀ ਹੈ। ਆ ਛੁੱਟੀ ਨਹੀਂ ਹੈ ਜੀ, ਜੇ ਆਪਾਂ ਇਸ ਬਿਮਾਰੀ ਨੂੰ ਜਿੱਤਣਾ ਆਪਣੇ ਹੱਥ 'ਚ ਹੈ, ਕੋਈ ਔਖਾ ਨਹੀਂ, ਸੌਖਾ ਹੈ ਜਿੱਤਣਾ। ਮੈਂ ਤੁਹਾਨੂੰ ਅਪੀਲ ਕਰਨਾ ਚਾਹੁੰਦਾ, ਦੇਖੋ ਡਾਕਟਰ, ਨਰਸ, ਆਪਣੇ ਪੁਲਿਸ ਕਰਮਚਾਰੀ, ਸਿਵਲ ਐਡਮਿਨਿਸਟ੍ਰੇਸ਼ਨ, ਉਹ ਸਾਰੇ ਆਪਣੀ ਜਾਨ ਨੂੰ ਥੈਲੀ 'ਚ ਰੱਖ ਕੇ ਆਪਣੀ ਸੇਵਾ 'ਤੇ ਲੱਗੇ ਹੈ। ਉਹਨਾਂ ਦਾ ਇੱਕੋ ਨਿਸ਼ਾਨਾ ਹੈ ਕਿ ਆਪਾਂ ਸਾਰੇ ਸਿਕਿਓਰ ਹੋਈਏ। ਆ ਤਾਂ ਹੋ ਸਕਦੇ ਹਾਂ ਜੇ ਆਪਾਂ ਉਹਨਾਂ ਦੀ ਗੱਲ ਮੰਨੀਏ। ਮੈਂ ਧੰਨਵਾਦ ਕਰਨਾ ਚਾਹੁੰਦਾ ਜਿੰਨੇ ਆਪਣੇ ਡਾਕਟਰ ਸਾਹਿਬਾਨ ਹੈ, ਨਰਸਿਸ ਹੈਗੀ ਹੈ, ਅਤੇ ਆਪਣੇ ਸਿਵਲ ਐਡਮਿਨਿਸਟ੍ਰੇਸ਼ਨ ਹੈ, ਪੁਲਿਸ ਐਡਮਿਨਿਸਟ੍ਰੇਸ਼ਨ ਹੈ, ਜੇ 24 ਘੰਟੇ ਸੜਕਾਂ 'ਤੇ ਲੋਕਾਂ ਨੂੰ ਬੇਨਤੀਆਂ ਕਰ ਰਹੇ ਹੈ। ਉਹਨਾਂ ਦੀ ਬੇਨਤੀ ਅਤੇ ਸਰਕਾਰਾਂ ਦੀ ਬੇਨਤੀ ਨੂੰ ਆਪਾਂ ਮੰਨ ਕੇ ਆਪਾਂ ਸਾਰੇ ਕਰੇ ਰਹੀਏ। ਅਤੇ ਮੈਨੂੰ ਯਕੀਨ ਹੈ, 100% ਮੈਂ ਗਰੰਟੀ ਦਿੰਦਾ ਕਿ ਥੋੜ੍ਹੇ ਦਿਨਾਂ ਦੀ ਗੱਲ ਹੈ, ਆਪਾਂ ਇਸ ਬਿਮਾਰੀ ਤੋਂ ਜਿੱਤ ਪ੍ਰਾਪਤ ਕਰਾਂਗੇ। ਅਤੇ ਮੈਨੂੰ ਆਹ ਵੀ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਅਰਦਾਸ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਵੀ ਕਰੀਏ ਕਿ ਸਾਨੂੰ ਹਿੰਮਤ ਦੇ ਕਿ ਇਸ ਬਿਮਾਰੀ ਤੋਂ ਆਪਾਂ ਜਿੱਤ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।